ਸੋ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਲੁਧਿਆਣਾ ਤੋਂ, ਜਿੱਥੇ 19 ਜੂਨ 2009 ਨੂੰ ਮੌਕੇ ਦੇ ਕੇਂਦਰੀ ਲੁਧਿਆਣਾ ਦੇ ਤਹਿਸੀਲਦਾਰ ਗੁਰਜਿੰਦਰ ਸਿੰਘ ਬੈਣੀਪਾਲ ਹੋਰਾਂ ਨਾਲ ਜਿਹੜੀ ਕੁੱਟਮਾਰ ਕੀਤੀ ਗਈ ਸੀ ਸਿਮਰਜੀਤ ਸਿੰਘ ਬੈਂਸ ਉਹਨਾਂ ਦੇ ਮਾਮਲੇ 'ਚ, ਉਹਨਾਂ ਨੇ ਸ਼ਿਕਾਇਤ ਕੀਤੀ ਸੀ ਕਿ ਸਿਮਰਜੀਤ ਸਿੰਘ ਬੈਂਸ ਅਤੇ ਉਹਨਾਂ ਦੇ ਸਾਥੀਆਂ ਨੇ ਉਹਨਾਂ ਦੀ ਕੁੱਟਮਾਰ ਕੀਤੀ ਹੈ ਇਸ ਮਾਮਲੇ 'ਚ। ਅੱਜ ਲੁਧਿਆਣਾ ਦੀ ਵਧੀਕ ਸੈਸ਼ਨ ਅਦਾਲਤ ਨੇ ਦੋਸ਼ ਤੈਅ ਕੀਤੇ ਨੇ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੇ ਪੀੜਿਤ ਨੇ ਗੁਰਜਿੰਦਰ ਸਿੰਘ ਬੈਣੀਪਾਲ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਆਪਾਂ। ਔਰ ਜੀ ਗੁਰਜਿੰਦਰ ਜੀ, ਤੁਹਾਡਾ ਡੇਲੀ ਪੋਸਟ ਪੰਜਾਬ ਵਿੱਚ ਸਵਾਗਤ ਹੈ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਗੁਰਜਿੰਦਰ ਜੀ, ਸਭ ਤੋਂ ਪਹਿਲਾਂ ਇਹ ਦੱਸੋਗੇ ਕਿ ਇਹ ਮਾਮਲਾ ਕੀ ਹੋਇਆ ਸੀ 19 ਜੂਨ ਨੂੰ ਤੁਹਾਡੇ ਨਾਲ? ਮੈਂ ਜੀ 20 ਨਵੰਬਰ 2008 ਨੂੰ ਜੀ ਬਤੌਰ ਸਬ ਰਜਿਸਟਰ ਕੇਂਦਰੀ ਲੁਧਿਆਣਾ ਜੁਆਇਨ ਕੀਤਾ ਸੀ ਜੀ ਤੇ ਪਹਿਲੇ ਦਿਨ ਤੋਂ ਹੀ ਕਮਲਜੀਤ ਸਿੰਘ ਕਰਵਲ ਨੇ ਆ ਕੇ ਮੈਨੂੰ ਗਰਾਊਂਡ ਸਮਝਾਉਣ ਦੀ ਕੋਸ਼ਿਸ਼ ਕੀਤੀ ਜੀ। ਉਸ ਤੋਂ ਬਾਅਦ ਸਮੇਂ ਸਮੇਂ ਤੇ ਮੇਰੇ ਤੋਂ ਗਲਤ ਕੰਮ ਕਰਵਾਉਣ ਦੀ ਕੋਸ਼ਿਸ਼ ਕਰਦੇ ਰਹੇ ਜਿਹੜੇ ਮੈਂ ਨਹੀਂ ਕੀਤੇ, ਜਿਹਦੇ ਨਾਲ ਇਹਨਾਂ ਨੇ ਸਾਨੂੰ ਡਰਾਇਆ ਧਮਕਾਇਆ ਤੇ ਜਿਹੜੀਆਂ ਚਿੱਠੀਆਂ ਮੈਂ ਲਗਾਤਾਰਤਾ ਦੇ ਵਿੱਚ ਆਪਦੇ ਉੱਚ ਅਧਿਕਾਰੀਆਂ ਨੂੰ ਲਿਖਦਾ ਰਿਹਾ ਜੀ। ਮਈ 2009 ਦੇ ਵਿੱਚ ਮੈਂ ਇੱਥੇ ਇੱਕ ਸਟੈਂਪ ਪੇਪਰ ਘੁਟਾਲਾ ਵੀ ਫੜਿਆ ਜੀ, ਜਿਹਦੀ ਕਿ FIR 110 18/5/2009 ਦਰਜ ਹੋਈ ਜੀ। ਉਸ ਤੋਂ ਬਾਅਦ ਪਾਰਲੀਮੈਂਟ ਇਲੈਕਸ਼ਨਾਂ ਹੋ ਗਈਆਂ ਤੇ 19 ਜੂਨ 2009 ਨੂੰ ਜੀ ਤੇ ਇੱਕ ਰਿਜ਼ਿਊਮ ਨੂੰ ਨਾਲ ਲੈ ਕੇ ਆਏ ਜਿਹਦੀ ਕਿ ਅਗਵਾਈ ਸਿਮਰਜੀਤ ਸਿੰਘ ਬੈਂਸ ਤੇ ਕਮਲਜੀਤ ਸਿੰਘ ਕਰਵਲ ਕਰ ਰਹੇ ਸੀ ਜੀ। ਇਹਨਾਂ ਨੇ ਮੈਨੂੰ ਜਾਨ ਮਾਰ ਗਾਨੋ ਮਾਰਨ ਦੀ ਨੀਅਤ ਨਾਲ ਮੇਰੇ ਤੇ ਹਮਲਾ ਕੀਤਾ ਜੀ, ਗੋਲੀ ਚਲਾਈ ਜੀ, ਜਿਹਦੇ ਉੱਤੇ ਫਿਰ ਇਹਨਾਂ ਦੀ ਅਰੈਸਟ ਹੋਈ। ਇਹਨਾਂ ਦੇ ਉੱਤੇ ਅੱਜ ਆਪਣੇ ਇਹਨਾਂ ਦੇ ਉੱਤੇ ਆਪਣਾ ਚਲਾਨ ਟੂ ਕੋਰਟ ਹੋ ਗਿਆ ਜੀ ਤੇ ਜਾ ਕੇ 10 ਮਹੀਨੇ ਬਾਅਦ ਇਹਨਾਂ ਦੀ ਬੇਲ ਹੋਈ ਜੀ। ਇਹਦੇ ਇਸੇ ਦੌਰਾਨ ਇਹਨਾਂ ਨੇ ਉਦੋਂ ਸਰਕਾਰ ਦੇ ਨਾਲ ਰਲ ਕੇ, ਸਰਕਾਰ ਦੇ ਵਿੱਚ ਇਹਨਾਂ ਦੀ ਬਹੁਤ ਜਾਣ ਪਛਾਣ ਸੀ ਜੀ, ਇਹਨਾਂ ਦੀ ਪੁੱਛਗਿੱਛ ਸੀ, ਇਹਨਾਂ ਨੇ ਇੱਕ ਦੂਜੀ SIT ਬਣਾਈ ਜੀ ਜਿਹਦੇ ਨਾਲ ਇਹ ਬਰੀ ਹੋਣਾ ਚਾਹੁੰਦਾ ਸੀ ਜੀ। ਉਹਦੇ ਖਿਲਾਫ ਮੈਂ ਹਾਈਕੋਰਟ ਚਲਾ ਗਿਆ ਜੀ। ਹਾਈਕੋਰਟ ਨੇ 2012 ਦੇ ਵਿੱਚ ਜੀ ਇੱਕ ਫੈਸਲਾ ਸੁਣਾਇਆ 47 ਪੇਜ ਦਾ, ਜਿਹੜਾ ਕਿ ਜੁਡੀਸ਼ਰੀ ਨੂੰ, ਪੁਲਿਸ ਨੂੰ ਤੇ ਸਰਕਾਰ ਨੂੰ ਜਿਹਨੇ ਬਹੁਤ ਫਟਕਾਰ ਲਈ ਜੀ। ਉਹਦੇ ਅਗੇਂਸਟ ਇਹ ਫਿਰ ਸੁਪਰੀਮ ਕੋਰਟ ਚਲੇ ਗਏ ਜਿੱਥੇ ਮੈਂ ਖੁਦ ਇਹ ਕੇਸ ਜਾ ਕੇ ਆਪ ਆਪਣਾ ਪੱਖ ਰੱਖਦਾ ਰਿਹਾ ਜੀ। ਉਸ ਤੋਂ ਬਾਅਦ ਇਹਨਾਂ ਨੇ CBI ਇਨਕੁਆਰੀ ਕਰਵਾਈ, ਇਨਕੁਆਰੀ ਹੋਣ ਤੋਂ ਬਾਅਦ ਅੱਜ ਮਾਣਯੋਗ ਅਦਾਲਤ ਨੇ ਇਹਨਾਂ ਦੇ ਉੱਤੇ ਦੋਸ਼ ਆਇਦ ਕੀਤੇ ਹਨ ਜੀ। ਮੈਨੂੰ ਹਮੇਸ਼ਾ ਹੀ ਅਦਾਲਤ ਦੇ ਉੱਤੇ ਬਹੁਤ ਵਿਸ਼ਵਾਸ ਰਿਹਾ ਹੈ ਜੀ ਤੇ ਮੈਨੂੰ ਇਹ ਪੱਕਾ ਯਕੀਨ ਹੈ ਕਿ ਮੈਨੂੰ ਉੱਥੋਂ ਇਨਸਾਫ਼ ਮਿਲੇਗਾ। ਸੋ ਬੈਨੀਪਾਲ ਸਾਹਿਬ, ਇਹ ਕਿੰਨੇ ਲੋਕਾਂ ਤੇ ਜਿਹੜੇ ਨੇ ਦੋਸ਼ ਤੈਅ ਕੀਤੇ ਗਏ ਨੇ ਅੱਜ ਮਾਣਯੋਗ ਅਦਾਲਤ ਵੱਲੋਂ? ਇਹ ਜੀ ਸਿਮਰਜੀਤ ਸਿੰਘ ਬੈਂਸ ਵਿਧਾਇਕ ਆਤਮਨਗਰ ਜੀ ਤੇ ਉਹਦੇ ਹੀ ਖਿਲਾਫ ਕਾਂਗਰਸ ਦੇ ਟਿਕਟ ਦੇ ਉੱਤੇ ਇਲੈਕਸ਼ਨ ਲੜਨ ਵਾਲੇ ਕਮਲਜੀਤ ਸਿੰਘ ਕੜਵਲ ਕਾਉਂਸਲਰ ਜੀ ਅਤੇ 7 ਹੋਰ ਬੰਦਿਆਂ ਦੇ ਉੱਤੇ ਦੋਸ਼ ਲਾਏ ਹੋਏ ਨੇ ਜੀ। ਜੀ ਸੋ ਤੁਹਾਨੂੰ ਕੀ ਲੱਗਦਾ ਕਿ ਇਸ ਮਾਮਲੇ ਨਾਲ ਦੋਸ਼ ਤੈਅ ਹੋਣ ਨਾਲ ਤੁਹਾਨੂੰ ਇਨਸਾਫ਼ ਦੀ ਜਿਹੜੀ ਹੈ ਉਮੀਦ ਹੋਰ ਬੱਝੀ ਹੈਗੀ ਹੈ? ਬਿਲਕੁਲ ਜੀ, ਮੈਨੂੰ ਬਹੁਤ ਵੱਡੀ ਉਮੀਦ ਬੱਝੀ ਹੈ। ਜਦੋਂ ਦੋਸ਼ ਆਇਦ ਹੋ ਗਏ, ਮੁਕੱਦਮਾ ਚੱਲੂਗਾ ਜੀ, ਉਹਦੇ ਵਿੱਚ ਜੇ ਬੇਕਸੂਰ ਹੋਣਗੇ ਚੁੱਪ ਜਾਣਗੇ, ਜੇ ਇਹਨਾਂ ਦੇ ਕਸੂਰ ਹੋਊਗਾ ਇਹਨਾਂ ਨੂੰ ਸਜ਼ਾ ਮਿਲੂਗੀ ਜੀ। ਬਹੁਤ ਬਹੁਤ ਸ਼ੁਕਰੀਆ ਬੈਨੀਪਾਲ ਸਾਹਿਬ, ਤੁਹਾਡਾ ਡੇਲੀ ਪੋਸਟ ਪੰਜਾਬੀ ਨਾਲ ਗੱਲਬਾਤ ਕਰਨ ਲਈ। ਸੋ ਇਹ ਸਨ ਗੁਰਜਿੰਦਰ ਸਿੰਘ ਬੈਨੀਪਾਲ, ਜਿਨ੍ਹਾਂ ਦੀ ਸ਼ਿਕਾਇਤ ਤੋਂ ਬਾਅਦ ਅੱਜ ਅਦਾਲਤ ਨੇ ਸਿਮਰਜੀਤ ਸਿੰਘ ਬੈਂਸ ਨੇ ਜਿਹੜੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਨੇ, ਔਰ ਕੰਵਲਜੀਤ ਸਿੰਘ ਕੜਵਲ ਜਿਹੜੇ ਕਿ ਹਲਕਾ ਆਤਮਨਗਰ ਤੋਂ, ਉਹਨਾਂ ਦੇ ਖਿਲਾਫ਼ ਹੀ ਜਿਹੜੇ ਕਾਂਗਰਸ ਦੇ ਟਿਕਟ ਤੇ ਇਲੈਕਸ਼ਨ ਲੜ ਚੁੱਕੇ ਨੇ 2009 ਦੇ ਵਿੱਚ, ਇਹ ਸਾਥੀ ਸਨ, ਦੋਵੇਂ ਇਕੱਠੇ ਸਨ, ਪਰ ਉਸ ਤੋਂ ਬਾਅਦ ਜਿਹੜੇ ਕੰਵਲਜੀਤ ਸਿੰਘ ਕੜਵਲ ਅੱਡ ਹੋ ਕੇ ਆਤਮਨਗਰ ਤੋਂ ਇਸ ਵਾਰ ਉਹਨਾਂ ਤੋਂ ਇਲੈਕਸ਼ਨ ਜਿਹੜਾ ਲੜਿਆ ਸੀ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ਼ ਹੀ। ਸੋ ਇਹ ਗੁਰਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਅੱਜ ਦੋਸ਼ ਤੈਅ ਜਿਹੜੇ ਹੋਣ ਨਾਲ ਉਹਨਾਂ ਨੂੰ ਇਨਸਾਫ਼ ਦੀ ਉਮੀਦ ਬੱਝੀ, ਔਰ ਉਹਨਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਾਣਯੋਗ ਅਦਾਲਤ ਉਹਨਾਂ ਨੂੰ ਜਿਹੜਾ ਇਨਸਾਫ਼ ਦੇਗੀ।